ਇਹ 80 90 ਬੰਦੇ ਮਰ ਗਏ ਠੀਕ ਹੈ ਜੀ ਬਾਕੀਆਂ ਦਾ ਜੀ ਕੁਝ ਪਤਾ ਨਹੀਂ ਲੱਗਿਆ ਸੋ ਆਪਣਾ ਪੈਸਾ ਨਾ ਖਰਾਬ ਕਰੋ ਜ਼ਿੰਦਗੀ ਨਾ ਖਰਾਬ ਕਰੋ ਸਹੀ ਤਰੀਕੇ ਨਾਲ ਆਵੋ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇੱਕ ਛੋਟਾ ਜਿਹਾ ਇੰਪੋਰਟੈਂਟ ਜਿਹੜਾ ਮੈਸੇਜ ਤੁਹਾਨੂੰ ਦੇਣਾ ਜੀ ਇਹ ਮੈਸੇਜ ਉਹ ਡੋਂਕੀ ਵਾਸਤੇ ਹੈਗਾ ਜੀ ਜਿਹੜੇ ਬੰਦੇ ਪੰਜਾਬ ਤੋਂ ਪਾਕਿਸਤਾਨ ਤੋਂ ਜਾਂ ਕਿਤੇ ਹੋਰ ਕੰਟਰੀਆਂ ਦੇ ਵਿੱਚੋਂ ਆ ਕੇ ਗਰੀਸ ਦੇ ਵਿੱਚ ਇੱਕ ਡੋਂਕੀ ਦਾ ਰਸਤਾ ਅਪਣਾਉਂਦੇ ਨੇ ਹੁਣ ਲੇਟੈਸਟ ਨਿਊਜ਼ ਜਿਹੜੀ ਹੈ ਤੁਸੀਂ ਮੇਰੇ ਪਿੱਛੇ ਨਿੱਕੀਆਂ ਜੀਆਂ ਬੋਟਾਂ ਦੇਖ ਰਹੇ ਹੋ ਨਾ ਇਦਾਂ ਦੀਆਂ ਬੋਟਾਂ ਦੇ ਵਿੱਚ 750 ਬੰਦਾ ਡੋਂਕੀ ਲਗਾ ਕੇ ਜਾ ਰਿਹਾ ਸੀ ਜਿੱਤ ਇਟਲੀ ਦੇ ਵਿੱਚ ਜੇ ਤੁਸੀਂ ਇਟਲੀ ਦੇ ਵਿੱਚ ਡੋਂਕੀ ਲਾ ਕੇ ਬਾਹਰ ਸੋਚ ਰਹੇ ਹੋ ਨਾ ਤੇ ਆਪਣੀਆਂ ਜਾਨਾਂ ਨੂੰ ਖਤਰੇ 'ਚ ਨਾ ਪਾਵੋ ਐਵੇਂ 6 6 7 7000 ਯੂਰੋ ਤੁਸੀਂ ਡੋਂਕੀ 'ਤੇ ਦਿੰਦੇ ਹੋ ਫਿਰ ਇੰਡੀਆ ਤੋਂ ਤੁਸੀਂ 10 10 ਲੱਖ 12 12 ਲੱਖ ਰੁਪਈਆ ਲਾ ਕੇ ਆਉਂਦੇ ਉਥੇ ਸਿਰਫ ਡੋਂਕੀਆਂ ਨਾਲ ਵਿੱਚ 750 ਬੰਦਾ ਆ ਨਿੱ ਜਿਹੜਾ ਸਵਾਰ ਹੋਇਆ ਸੀ ਇਟਲੀ ਦੇ ਵਾਸਤੇ ਤੇ ਉਹ 750 ਬੰਦੇ ਦੀ ਜਿਹੜੀ ਕਿਸ਼ਤੀ ਜਿਹੜੀ ਹੈਗੀ ਸੀ ਛੋਟੀ ਜੀ ਕਿਸ਼ਤੀ ਸੀ ਜਿੰਦੇ ਵਿੱਚ ਮੱਛੀਆਂ ਫੜੀਆਂ ਜਾਂਦੀਆਂ ਨੇ ਸਿਰਫ ਉਹ ਕਿਸ਼ਤੀ ਜਿਹੜੀ ਹੈ ਸਮੁੰਦਰ ਦੇ ਵਿੱਚ ਡੁੱਬ ਗਈ ਤੇ ਜਿੰਦੇ ਵਿੱਚ 80 ਤੋਂ ਲੈ ਕੇ 90 ਬੰਦਿਆਂ ਦੀ ਮੌਤ ਹੋ ਚੁੱਕੀ ਹੈ ਸਟਿਲ ਕਈ ਬੰਦੇ ਇਦਾਂ ਦੇ ਨੇ ਜਿਹੜੇ ਲਾਪਤਾ ਨੇ ਅਜੇ ਉਹਨਾਂ ਤੋਂ ਕੁਝ ਵੀ ਪਤਾ ਨਹੀਂ ਲੱਗਿਆ ਸੋ ਤੁਹਾਨੂੰ ਇਹੀ ਰਿਕਵੈਸਟ ਹੈਗੀ ਹੈ ਕਿ ਤੁਸੀਂ ਇਦਾਂ ਦਾ ਕਦਮ ਚੱਕਣ ਤੋਂ ਪਹਿਲਾਂ 36 ਵਾਰੀ ਸੋਚ ਲਿਆ ਕਰੋ ਆਪਣੇ ਮਾਵਾں ਦੇ ਬਾਰੇ ਸੋਚ ਲਿਆ ਕਰੋ ਆਪਣੇ ਪਿਓਵਾں ਦੇ ਬਾਰੇ ਸੋਚ ਲਿਆ ਕਰੋ ਲੱਖਾਂ ਰੁਪਈਆ ਤੁਸੀਂ ਜਿਹੜਾ ਵੇਸਟ ਕਰਦੇ ਹੋ ਸਿਰਫ ਡੂੰਘੀਆਂ ਪ ਗ੍ਰੀਸ ਗਵਰਨਮੈਂਟ ਨੇ ਇੱਕ ਨਵਾਂ ਲੋਅ ਸ਼ੁਰੂ ਕੀਤਾ ਹੋਇਆ ਹੈ 5 ਸਾਲ ਦਾ ਵੀਜ਼ਾ ਜੀ ਇਹ ਉਹ 5 ਸਾਲ ਦਾ ਵੀਜ਼ਾ ਜਿਹੜਾ ਹੈਗਾ ਬਹੁਤ ਈਜ਼ੀਲੀ ਤੁਹਾਨੂੰ ਮਿਲ ਜੇਗਾ ਸੀਜ਼ਨਲ ਵਰਕ ਪਰਮਿਟ ਸ਼ੁਰੂ ਕੀਤਾ ਹੋਇਆ ਸੋ ਉਹਨਾਂ ਦੇ ਵਿੱਚ ਆਓ ਠੀਕ ਹੈ ਐਵੇਂ ਆਪਣੇ ਪੈਸਾ ਨਾ ਖਰਾਬ ਕਰੋ ਕੋਈ ਫਾਇਦਾ ਨਹੀਂ ਹੈਗਾ ਐਵੇਂ ਡੂੰਕੀਆ ਲਾ ਕੇ ਬਹੁਤ ਘਟ ਬੰਦੇ ਜਿਹੜੇ ਐ ਪਹੁੰਚਦੇ ਨੇ ਹੁਣ ਇੰਨੀ ਕੁ ਜ਼ਿਆਦਾ ਗ੍ਰੀਸ ਦੇ ਵਿੱਚ ਸਖਤਾਈ ਹੋਣ ਲੱਗੀ ਹੈ ਕਿਉਂਕਿ ਇਸ ਜਿਹੜੀ ਆ ਆ ਜਿਹੜੀ ਘਟਨਾ ਵਾਪਰੀ ਹੈ ਹੁਣ ਇਹ ਨਿਊਜ਼ ਹਰੇਕ ਨਿਊਜ਼ ਚੈਨਲ ਤੇ ਨਾ ਤੁਹਾਨੂੰ ਪੂਰਾ ਦਿਖਾਇਆ ਜਾ ਰਿਹਾ ਹੈ ਤੇ ਬਾਕੀ ਮੈਂ ਐਕਚੁਅਲੀ ਬਾਹਰ ਆਇਆ ਸੀ ਮ ਜ਼ਰੂਰੀ ਹੈ ਕਿਉਂਕਿ ਬਹੁਤ ਬੱਚੇ ਜਿਹੜੇ ਹੈਗੇ ਡੋਂਗੀ ਬਾਰੇ ਸੋਚ ਰਹੇ ਨੇ ਤੇ ਨਾ ਸੋਚੋ ਇਦਾਂ ਨੇ ਤੇ ਤੁਸੀਂ ਵੀਜ਼ਾ ਲੈ ਕੇ ਆਵੋ ਡਾਇਰੈਕਟਲੀ ਤੇ ਤੁਹਾਨੂੰ ਬਹੁਤ ਵਧੀਆ ਓਪਰਚ्युनिटी ਮਿਲੇਗੀ ਇੱਥੇ ਤੇ ਤੁਸੀਂ ਆਰਾਮ ਨਾਲ ਇੱਥੇ ਲਾਈਕ ਵੀਜ਼ਾ ਜਦੋਂ ਤੁਹਾਨੂੰ ਮਿਲ ਜਾਂਦਾ ਨਾ ਇਹ ਟਾਈਪ ਡੀ ਵੀਜ਼ਾ ਜਾਂ ਟੈਂਸ਼ਨ ਕਿਨ ਵੀਜ਼ਾ ਵੀ ਤੁਸੀਂ ਲੈ ਕੇ ਆ ਜਾਂਦੇ ਤਾਂ ਤੁਸੀਂ ਈਜ਼ਲੀ ਡੋਮੈਸਟਿਕ ਫਲਾਈਟਾਂ ਲੈ ਕੇ ਤੁਸੀਂ ਅੱਗੇ ਨਿਕਲ ਸਕਦੇ ਹੋ ਤੁਸੀਂ ਸਟੂਡੈਂਟ ਵੀਜ਼ਾ ਲੈ ਸਕਦੇ ਹੋ ਤੁਸੀਂ ਸਟੱਡੀ ਵੀਜ਼ਾ ਲੈ ਸਕਦੇ ਹੋ ਆਪਣੇ ਸਟੱਡੀ ਵੀਜ਼ਾ ਸਟੂਡੈਂਟ ਵੀਜ਼ਾ ਸੇਮ ਹੋ ਗਿਆ ਵਰਕ ਵੀਜ਼ਾ ਲੈ ਸਕਦੇ ਹੋ ਤੁਸੀਂ ਟੂਰਿਸਟ ਵੀਜ਼ਾ ਲੈ ਸਕਦੇ ਹੋ ਮੰਨਦੇ ਆ ਆਪਣੀਆਂ ਇੰਡੀਆ ਦੇ ਵਿੱਚ ਜਾਂ ਪਾਕਿਸਤਾਨ ਗਵਰਨਮੈਂਟ ਇਦਾਂ ਦੀਆਂ ਨੇ ਕਿ ਅਪਾਇੰਟਮੈਂਟਸ ਨਹੀਂ ਮਿਲਦੀਆਂ ਇੰਟਰਵਿਊ ਕਲੀਅਰ ਨਹੀਂ ਹੁੰਦੀ ਬਟ ਸਟਿਲ ਦਿੱਲੀ ਇਦਾਂ ਦੇ ਏਜੰਟ ਬੈਠੇ ਹੋਏ ਨੇ ਜਿਹੜੇ ਤੁਹਾਨੂੰ ਅਪਾਇੰਟਮੈਂਟ ਵੀ ਲੈ ਕੇ ਦਿੰਦੇ ਆ ਠੀਕ ਹੈ ਜੀ ਤੁਹਾਨੂੰ ਇੰਟਰਵਿਊ ਵੀ ਕਲੀਅਰ ਕਰਾ ਦਿੰਦੇ ਆ ਸੋ ਸਹੀ ਤਰੀਕੇ ਨਾਲ ਆਵੋ ਉਹ ਵਰ ਪਰਮਿਟ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਆ ਨੀਅਰ ਅਬਾਉਟ 10 ਤੋਂ 10 ਮਹੀਨੇ ਤੋਂ ਲੈ ਕੇ 1 ਸਾਲ ਦਾ ਲੱਗ ਜਾਂਦਾ ਸਟੱਡੀ ਵੀਜ਼ਾ ਜਿਹੜਾ 6 ਕੁ ਮਹੀਨੇ ਲੱਗ ਜਾਂਦੇ ਨੇ ਤੇ ਸੋ ਚੰਗੇ ਤਰੀਕੇ ਨਾਲ ਆਵੋਗੇ ਤਾਂ ਤੁਹਾਡੇ ਵਾਸਤੇ ਹੀ ਬੈਨੀਫਿਟ ਹੈ ਸੋ ਆਪਣੀਆਂ ਜਾਨਾ ਨਾ ਕੋਆ ਕਰੋ ਸੋ ਹਰੇਕ ਮਾਪਿਓ ਨੂੰ ਇਹੀ ਅ ਕਰ ਲਓ ਤੁਸੀਂ ਇੰਡੀਆ ਦੇ ਵਿੱਚ ਰਹਿ ਕੇ ਆਪਣਾ ਟੂਰਿਸਟ ਵੀਜ਼ਾ ਨੂੰ ਆਪਣੇ ਇੰਟਰਵਿਊ ਚ ਵੀਜ਼ਾ ਲਵਾ ਲਓ ਟਰੈਵਲ ਹਿਸਟਰੀ ਬਣਾ ਲਓ ਟਰੈਵਲ ਹਿਸਟਰੀ ਬਣਾ ਬਣਾ ਕੇ ਜਦੋਂ ਜਿਵੇਂ ਅਸੀਂ ਪਹੁੰਚੇ ਯਾਰ ਉਹੀ ਤੁਹਾਨੂੰ ਇਨਫੋਰਮੇਸ਼ਨ ਅਸੀਂ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ ਸੋ ਇਦਾਂ ਕੋਈ ਵੀ ਇਨਫੋਰਮੇਸ਼ਨ ਆਪਾਂ ਗਲਤ ਨਹੀਂ ਦਿੰਦੇ ਸੋ ਇਹੀ ਮੈਸੇਜ ਦੇਣਾ ਚਾਹਨਾ ਕਿ ਥੋੜਾ ਜਿਹਾ ਆਪਣਾ ਮੈਸੇਜ ਜਿਹੜਾ ਹੈਗਾ ਲੋਕਾਂ ਤੱਕ ਪਹੁੰਚਾਵੋ ਡੋਂਕੀਆਂ ਵਾਲੇ ਬੰਦੇ ਹੋਣੇ ਕਿਸਤੀਆਂ ਦੇ ਵਿੱਚ ਆ ਤੁਹਾਨੂੰ ਕਿਸਤੀ ਮੈਂ ਦਿਖਾਣਾ ਮੇਰੇ ਪਿੱਛੇ ਹੋਰ ਕਿਸਤੀ ਦੇਖ ਸਕਦੇ ਹੋ ਸੋ ਜਿਹੜੀ ਧੁੱਪ ਬਹੁਤ ਹੈਗੀ ਆ ਜਿਹੜੀ ਨਾ ਨਾਰਮਲ ਜੀ ਕਿਸਤੀ ਦੇਖ ਰਹੇ ਹੋ ਸੋ ਇਦਾਂ ਬਸੇ ਸੀ ਕਿ ਜਿਹੜੇ 750 ਬੰਦਾ ਜਿਹੜਾ ਹੈ ਕਿ ਅਸੀਂ ਇਟਲੀ ਦੀ ਡੋਂਕੀ ਲਾ ਕੇ ਜਾ ਰਿਹਾ ਸੀ ਜੀ ਠੀਕ ਹੈ ਤਰਕੀ ਤੇ ਗ੍ਰੀਸ ਤੇ ਬਾਕੀ ਹੋਰ ਬੰਦਾ ਵਿੱਚੇ ਨਾਲ ਮਿਲ ਕੇ ਤੇ ਕਿਸਤੀ ਡੁੱਬ ਗਈ ਤੇ ਅਸੀਂ 90 ਬੰਦੇ ਮਰ ਗਏ ਠੀਕ ਹੈ ਜੀ ਬਾਕੀਆਂ ਦਾ ਜੀ ਕੁਝ ਪਤਾ ਨਹੀਂ ਲੱਗਿਆ ਸੋ ਆਪਣਾ ਪੈਸਾ ਨਾ ਖਰਾਬ ਕਰੋ ਜ਼ਿੰਦਗੀ ਨਾ ਖਰਾਬ ਕਰੋ ਸਹੀ ਤਰੀਕੇ ਨਾਲ ਆਵੋ ਤੇ ਬਾਕੀ ਇਨਫੋਰਮੇਸ਼ਨ ਤੁਹਾਨੂੰ ਪਤਾ ਆਪਾਂ ਸਾਰੀ ਇਨਫੋਰਮੇਸ਼ਨ ਸ਼ੇਅਰ ਕਰ ਦਿੰਦੇ ਆ ਸੋ ਬੜੀਆਂ ਵੀਡੀਓ ਆਣ ਗਿਆ ਇਸ ਆਇਲੈਂਡ ਤੇ ਘੁੰਮਣ ਆਏ ਆ ਤੇ ਤੁਹਾਡੇ ਨਾਲ ਬੜੀਆਂ ਚੀਜ਼ਾਂ ਆਪਾਂ ਦੁਬਈ ਤੋਂ ਤੁਸੀਂ ਸ਼ੈਂਗਨ ਵੀਜ਼ਾ ਕਿਵੇਂ ਲੈ ਕੇ ਜਾ ਸਕਦੇ ਹੋ ਤੁਸੀਂ ਇੰਡੀਆ ਤੋਂ ਕਿਵੇਂ ਆ ਸਕਦੇ ਡਿਕਸ਼ਨਸ ਕੀ ਹੈ ਗਿਆਨੇ ਹਰ ਇੱਕ ਚੀਜ਼ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਜੀ ਲਵ ਯੂ ਤੇ ਬਾਦ ਵਿੱਚ ਸ਼ੇਅਰ ਕਰ ਦਿਓ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ